ਲੱਗਿਆ, ਠੀਕ ਹੈ ਜੀ, PR 126 ਲੱਗਿਆ, ਠੀਕ ਹੈ ਜੀ, ਦੋ ਵਰਾਇਟੀਆਂ ਜੀ, ਦੋ ਵਰਾਇਟੀਆਂ, ਜਿਹੜੀ 31 ਹੈ ਉਹਨੂੰ ਬਹੁਤ ਹੀ ਘੱਟ ਹੈ ਠੀਕ ਹੈ ਜੀ, ਤੇ ਜਿਹੜਾ 26 ਹੈ ਇਹਨੂੰ ਉਹਦੇ ਜ਼ਿਆਦਾ, ਵਿੱਚ ਜ਼ਿਆਦਾ ਹੈ। ਇਹਨੂੰ ਰੋਕਥਾਮ ਜੇ ਆਪਾਂ ਕਰਨ ਦੀ ਗੱਲ ਕਰੀਏ ਤਾਂ ਕੰਟਰੋਲ ਕਰਨ ਵਾਸਤੇ ਜਿਹੜੀ ਫਾਲਸ ਸਮਟ ਦਾ ਬੈਸਟ ਸੋਲੂਸ਼ਨ ਅੱਜ ਤੱਕ ਜੋ ਆਪਣਾ ਤਜਰਬਾ ਹਰ ਇੱਕ ਕਿਸਾਨ ਨੂੰ ਆਪਾਂ ਕਰਵਾਉਂਦੇ ਵੀ ਆ ਤੇ ਕਿਸਾਨਾਂ ਦਾ ਵੀ ਤਜਰਬਾ ਵੀ ਕਿਹੜੀ ਦਵਾਈ ਦੇ ਨਾਲ ਕੰਟਰੋਲ ਬੈਸਟ ਮਿਲਦਾ। ਹਾਂਜੀ, ਸਤਿ ਸ੍ਰੀ ਅਕਾਲ ਕਿਸਾਨ ਵੀਰੋ, ਮੈਂ ਤੁਹਾਡਾ ਆਪਣਾ ਸਹਿਬ ਸੰਧੂ। ਕਿਸਾਨ ਵੀਰੋ, ਅੱਜ ਆਪਾਂ ਝੋਨੇ ਦੇ ਫੀਲਡ ਵਿੱਚ ਆਏ ਸੀਗੇ, ਝੋਨਾ ਦੇਖ ਰਹੇ ਸੀਗੇ। ਜਿਹੜੀ ਝੋਨੇ ਦੀ ਵੈਰਾਇਟੀ ਹੈ ਕਿਸਾਨ ਵੀਰੋ, ਉਹ ਹੈਗੀ 126, ਤੇ ਜਿਹੜੀ ਹੁਣ ਇਸ ਟਾਈਮ ਝੋਨੇ ਦੇ ਵਿੱਚ ਜ਼ਿਆਦਾ ਬਿਮਾਰੀ ਚੱਲ ਰਹੀ ਹੈ ਉਹ ਹੈਗੀ ਹੈ ਹਲਦੀ ਰੋਗ। ਇਹਨੂੰ ਕੋਈ ਗਟੋਲੀ ਰੋਗ ਵੀ ਜ਼ਿਮੀਂਦਾਰ ਕਹਿ ਦਿੰਦੇ ਆ ਜਾਂ ਸਮੱਟ ਵੀ ਕਹਿ ਦਿੰਦੇ ਆ। ਇਹ ਬਿਮਾਰੀ ਜਦੋਂ ਆਉਂਦੀ ਹੈ ਤਾਂ ਘੰਟਿਆਂ ਦੇ ਹਿਸਾਬ ਨਾਲ ਹੀ ਆਪਣੇ ਬਾਂਹ ਦੇ ਵਿੱਚ ਫਸਲ ਵਿੱਚ ਫੈਲ ਜਾਂਦੀ ਹੈ। ਅੱਜ ਆਪਾਂ ਜਾਣਕਾਰੀ ਲਵਾਂਗੇ ਕਿਸਾਨ ਵੀਰੋ, ਇਹਦੀ ਹਲਦੀ ਰੋਗ ਦੀ ਰੋਕਥਾਮ ਲਈ ਆਪਾਂ ਨੂੰ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ, ਤੇ ਪਾਣੀ ਇਹਨੂੰ ਕਿੰਨਾ ਕੁ ਲਾਉਣਾ ਚਾਹੀਦਾ, ਕਿਵੇਂ ਇਹ ਜ਼ਿਆਦਾ ਫੈਲਦੀ ਹੈ। ਆਪਣੇ ਨਾਲ ਹੋਣਗੇ ਡਾਕਟਰ ਹਰਜੋਤ ਸਿੰਘ, ਆਪਾਂ ਇਹਨਾਂ ਤੋਂ ਲੈਂਦੇ ਹਾਂ ਜਾਣਕਾਰੀ। ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਡਾਕਟਰ ਸਾਹਿਬ ਠੀਕ ਠਾਕ? ਬਿਲਕੁਲ ਵਧੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਜਿਹੜੀ ਹੁਣ ਇਸ ਟਾਈਮ ਝੋਨੇ ਤੇ ਬਿਮਾਰੀ ਜ਼ਿਆਦਾ ਚੱਲ ਰਹੀ ਹੈ, ਇਹ ਹਲਦੀ ਰੋਗ ਹੈ ਜੀ? ਹਾਂਜੀ, ਇਹਨੂੰ ਆਪਾਂ ਫਾਲਸ ਸਮਟ ਕਹਿੰਦੇ ਹਾਂ। ਠੀਕ ਹੈ ਜੀ। ਝੋਨੇ ਦੇ ਫਸਲ ਦੇ ਵਿੱਚ ਆਮ ਹੀ ਆਪਾਂ ਕਹਿੰਦੇ ਖੇਤਾਂ ਦੇ ਵਿੱਚ ਇਹਨੂੰ ਦੇਖਦੇ ਹਾਂ, ਜ਼ਿਆਦਾਤਰ ਇਹ ਨਹਿਰ ਦੇ ਨੇੜੇ ਕਿਹੜੇ ਖੇਤ ਨੇ ਜਾਂ ਨਹਿਰੀ ਪਾਣੀ ਜਿਹੜੇ ਖੇਤਾਂ ਨੂੰ ਲੱਗਦਾ, ਉਹਨਾਂ ਖੇਤਾਂ ਦੇ ਵਿੱਚ ਤੁਸੀਂ ਦੇਖੋਗੇ ਇਸ ਸਮੱਸਿਆ ਬਿਮਾਰੀ ਹੈ ਜਿਹੜੀ ਉਹ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਹਦੇ ਮੁੱਖ ਜੋ ਕਾਰਨ ਨੇ, ਇੱਕ ਫੰਗਸ ਦਾ ਜਿਵੇਂ ਰੋਗ ਹੈ, ਜਦੋਂ ਆਪਾਂ ਝੋਨੇ ਦੀ ਫਸਲ ਦੇ ਵਿੱਚ 45-50 ਦਿਨ ਦੀ ਆਪਣੀ ਫਸਲ ਹੋ ਗਈ, ਉਸ ਤੋਂ ਬਾਅਦ ਪਾਣੀ ਭਰ ਕੇ ਰੱਖਦੇ ਹਾਂ, ਤਾਂ ਇਹ ਬਿਮਾਰੀ ਦੇ ਆਉਣ ਦੇ ਚਾਂਸਿਸ ਆ ਜਿਹੜੇ ਉਹ ਵੱਧ ਜਾਂਦੇ ਆ। ਜਦੋਂ ਆਪਣੀ ਫਸਲ ਨਿਸਰਨੀ ਸ਼ੁਰੂ ਹੋ ਜਾਂਦੀ ਹੈ, ਨਿਸਾਰਾ ਆ ਜਾਂਦਾ ਹੈ, ਮੁੰਜਰਾਂ ਬਾਹਰ ਆ ਜਾਂਦੀਆਂ, ਜੇ ਉਸ ਸਮੇਂ ਤੇ ਤਾਪਮਾਨ ਵੱਧ ਹੈ ਤਾਂ ਵੀ ਇਹ ਬਿਮਾਰੀ ਆਉਣ ਦੇ ਚਾਂਸਿਸ ਆ ਜਿਹੜੇ ਉਹ ਵੱਧ ਹੁੰਦੇ ਆ। ਇਹਨੂੰ ਰੋਕਥਾਮ ਜੇ ਆਪਾਂ ਕਰਨ ਦੀ ਗੱਲ ਕਰੀਏ ਤਾਂ ਕੰਟਰੋਲ ਕਰਨ ਵਾਸਤੇ ਜਿਹੜੀ ਫਾਲਸ ਸਮਟ ਦਾ ਬੈਸਟ ਸੋਲੂਸ਼ਨ ਅੱਜ ਤੱਕ ਜੋ ਆਪਣਾ ਤਜਰਬਾ ਹਰ ਇੱਕ ਕਿਸਾਨ ਨੂੰ ਆਪਾਂ ਕਰਵਾਉਂਦੇ ਵੀ ਆ ਤੇ ਕਿਸਾਨਾਂ ਦਾ ਵੀ ਤਜਰਬਾ ਵੀ ਕਿਹੜੀ ਦਵਾਈ ਦੇ ਨਾਲ ਕੰਟਰੋਲ ਬੈਸਟ ਮਿਲਦਾ, ਉਹ ਜੀ ਕਾਪਰ ਆਕਸੀਕਲੋਰਾਈਡ, COC, ਕਾਪਰ ਵੀ ਜਿਹਨੂੰ ਆਪਾਂ ਕਹਿੰਦੇ ਹਾਂ, ਬਲੂ ਕਾਪਰ ਵੀ ਆਪਾਂ ਕਹਿੰਦੇ ਹਾਂ, ਉਹ ਹੀ ਬੈਸਟ ਹੱਲ ਹੈ ਜੀ ਇਹਦਾ। 500 ਗ੍ਰਾਮ ਕਿੱਲੇ ਦਾ ਕਾਪਰ ਆਕਸੀਕਲੋਰਾਈਡ ਆਪਾਂ ਘੱਟ ਤੋਂ ਘੱਟ 150 ਲੀਟਰ ਪਾਣੀ ਸਪਰੇਅ ਦੀ ਵਰਤੋਂ ਕਰਨੀ ਹੈ ਜਦੋਂ ਵੀ ਆਪਾਂ COC ਦੀ ਸਪਰੇਅ ਕਰਨੀ ਹੈ ਜੀ। ਫਾਲਸ ਸਮਟ ਕੰਟਰੋਲ ਜਿਹੜਾ ਕਰਨਾ ਉਹਦੇ ਵਾਸਤੇ COC ਦੀ ਵਰਤੋਂ ਕਰਨ ਸਮੇਂ ਕੁਛ ਧਿਆਨ ਦੇਣ ਜੋ ਗੱਲਾਂ ਨੇ ਜੋ ਹਰ ਇੱਕ ਕਿਸਾਨ ਵੀਰਾਂ ਨੂੰ ਆਪਦੇ ਧਿਆਨ 'ਚ ਰੱਖਣੀਆਂ ਚਾਹੀਦੀਆਂ, ਉਹ ਇਹ ਹੈ ਕਿ ਪਹਿਲਾਂ ਘੱਟ ਤੋਂ ਘੱਟ ਪਾਣੀ ਹੈ ਜਿਹੜਾ ਉਹ 150 ਲੀਟਰ ਜ਼ਰੂਰ ਲੱਗੇ। 150 ਲੀਟਰ ਤੋਂ ਘੱਟ ਪਾਣੀ ਨਾਲ ਆਪਾਂ ਸਪਰੇਅ ਨਹੀਂ ਕਰਾਂਗੇ, ਕਿਉਂਕਿ ਉਹਦੇ ਨਾਲ ਨਹੀਂ ਤਾਂ ਪੱਤਿਆਂ ਦੇ ਉੱਤੇ ਹਲਕੀ ਲਾਲੀ ਆਉਣ ਦੀਆਂ ਨਿਸ਼ਾਨੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ, ਖੁਸ਼ਕ ਹੁੰਦਾ ਜੀ। ਦੂਸਰਾ, ਇਹਦੇ ਵਿੱਚ ਕਿਸੇ ਵੀ ਹੋਰ ਕੈਮੀਕਲ ਨੂੰ ਨਹੀਂ ਰਲਾਉਣਾ ਜੀ ਜਦੋਂ COC ਦਾ ਸਪਰੇਅ ਕਰ ਰਹੇ ਹੋ, ਕੱਲੀ ਦੇ ਨੂੰ ਸਪਰੇਅ ਕਰਨਾ, ਉਹਦੇ ਨਾਲ ਕਿਸੇ ਵੀ ਹੋਰ ਕੈਮੀਕਲ ਨੂੰ ਆਪਾਂ ਮਿਕਸ ਕਰਕੇ ਸਪਰੇਅ ਆ ਜਿਹੜਾ ਉਹ ਨਹੀਂ ਕਰਨਾ। ਠੀਕ ਹੈ ਜੀ। ਇੱਕ ਡਾਕਟਰ ਸਾਹਿਬ, ਆਪਣੇ ਕਿਸਾਨ ਵੀਰਾਂ ਨੂੰ ਦੱਸੋ ਵੀ ਜਿਵੇਂ ਮੰਨ ਲਓ PR 126 ਵਰਾਇਟੀ ਹੈ, ਹਾਂਜੀ, ਜਾਂ PR ਪਹਿਲਾਂ 114 ਹੁੰਦੀ ਸੀ, ਇਹਨਾਂ ਵਰਾਇਟੀਆਂ ਦੇ ਵਿੱਚ ਇਹ ਜ਼ਿਆਦਾ ਨਹੀਂ ਆਪਾਂ ਨੂੰ ਬਿਮਾਰੀ ਦੇਖਣ ਨੂੰ ਮਿਲਦੀ ਜੀ? ਦੇਖੋ, ਇਹਦੇ ਵਿੱਚ ਇੱਦਾਂ ਜੀ, ਇਹਦਾ ਜਿਹੜਾ ਆਪਾਂ ਦੇਖਦੇ ਹਾਂ ਇਹ ਜੰਮੇ ਜ਼ਿਆਦਾ, ਇਹਦੀ ਸਮੱਸਿਆ ਜਿਹੜੀ ਉਹ ਵਰਾਇਟੀ ਨੂੰ ਘੱਟ ਲਿੰਕ ਹੁੰਦੀ ਹੈ ਜੀ, ਮੌਸਮ ਦੇ ਨਾਲ ਜ਼ਿਆਦਾ ਸੰਬੰਧਿਤ ਹੈ। ਜੇ ਆਪਾਂ ਸ਼ੁਰੂ 'ਚ ਵੀ ਗੱਲ ਕਰੀ ਸੀ, ਜਿੱਥੇ ਨਹਿਰੀ ਪਾਣੀ ਹੋਊਗਾ ਉੱਥੇ ਬਿਮਾਰੀ ਆਉਣ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਨੇ। ਡਾਕਰ ਜ਼ਮੀਨਾਂ ਦੇ ਵਿੱਚ ਜਿੱਥੇ ਪਾਣੀ ਨਹੀਂ ਜੀਰਦਾ, ਪਾਣੀ ਖੜਦਾ, ਉੱਥੇ ਇਹਦੇ ਚਾਂਸ ਜ਼ਿਆਦਾ ਹੁੰਦੇ ਨੇ। ਗਰਮੈਸ ਆ ਜੇ ਮੌਸਮ ਦੇ ਵਿੱਚ ਲੇਟ, ਜਦੋਂ ਝੋਨਾ ਜਿਵੇਂ ਅੱਜ ਆਪਾਂ ਪੋਜੀਸ਼ਨ ਦੇਖ ਰਹੇ ਹਾਂ ਵੀ ਮੁੰਜਰਾਂ ਤਕਰੀਬਨ ਮੁੜ ਚੁੱਕੀਆਂ ਨੇ, ਇਸ ਰੁੱਤ ਦੇ ਵਿੱਚ ਜੇ ਤਾਪਮਾਨ ਵੱਧ ਹੈ ਤਾਂ ਇਹ ਬਿਮਾਰੀ ਆਉਣ ਦੇ ਚਾਂਸ ਆ ਜਿਹੜੇ ਵੱਧਦੇ ਨੇ। ਇਹ ਮੌਸਮ ਦੇ ਨਾਲ ਲਿੰਕੇਜ ਜ਼ਿਆਦਾ ਹੈ ਵੈਰਾਈਟੀਆਂ ਨੂੰ ਛੱਡ ਕੇ। ਨਵੀਆਂ ਵੈਰਾਈਟੀਆਂ ਦੇ ਵਿੱਚ ਇਹ ਹੁੰਦਾ ਕਿ ਥੋੜੀ ਰੈਜ਼ਿਸਟੈਂਟ ਪਾਵਰ ਹੁੰਦੀ ਹੈ ਹਰ ਇੱਕ ਤਰ੍ਹਾਂ ਦੇ ਵੱਖਰੇ ਵੱਖਰੇ ਰੋਗਾਂ ਨੂੰ, ਕਿਉਂਕਿ ਸੁਧਾਰ ਹੈ ਪਿਛਲੀਆਂ ਵੈਰਾਈਟੀਆਂ ਦਾ। ਜੋ ਪ੍ਰੋਬਲਮ ਆਪਾਂ ਨੂੰ ਪੁਰਾਣੀਆਂ ਵੈਰਾਈਟੀਆਂ 'ਚ ਆ ਰਹੀਆਂ ਸੀ
ਉਹਨਾਂ ਤੋਂ ਹੀ ਸੁਧਾਰ ਕਰਕੇ ਆਪਾਂ ਨਵੀਆਂ ਵੈਰਾਈਟੀਆਂ ਵੱਲ ਵੱਧਦੇ ਹਾਂ ਤਾਂ ਉਹ ਸ਼ੁਰੂਆਤੀ ਦੌਰ ਦੇ ਵਿੱਚ ਕਈ ਵਾਰੀ ਉਹ ਬਿਮਾਰੀ ਘੱਟ ਦੇਖਣ ਨੂੰ ਮਿਲਦੀ ਹੈ, ਜ਼ਿਆਦਾਤਰ ਸੰਬੰਧ ਇਹਦੇ ਮੌਸਮ ਦੇ ਨਾਲ ਰਹਿੰਦੀ ਹੈ। ਠੀਕ ਹੈ ਜੀ, ਮੰਨ ਲਓ ਜੀ ਹੁਣ ਜ਼ਿਮੀਂਦਾਰਾਂ ਨੇ ਹਰੇਕ ਦੇ ਝੋਨਾ ਲੱਗਿਆ ਅਤੇ ਜੇ ਉਹਨਾਂ ਨੇ ਇਹ ਵੇਖਣੀ ਹੋਵੇ ਬਿਮਾਰੀ ਵੀ, ਕਈ ਵਾਰੀ ਕਈਆਂ ਨੂੰ ਪਤਾ ਨਹੀਂ ਲੱਗਦਾ ਹੈਗਾ ਇਹ ਜ਼ਿਆਦਾਤਰ ਸਾਈਡਾਂ 'ਤੇ ਹੀ ਆਉਂਦੀ ਹੈ ਜੀ ਪਹਿਲਾਂ। ਜਿਹੜਾ ਬਿਮਾਰੀ ਆਪਾਂ ਫਾਲਸ ਸਮਟ ਦੀ ਗੱਲ ਕਰੀਏ ਤਾਂ ਤੁਹਾਨੂੰ ਬਹੁਤ ਹੀ ਆਸਾਨੀ ਦੇ ਨਾਲ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ, ਉੱਪਰ ਹਲਦੀ ਵਰਗਾ ਪਾਊਡਰ ਦਾਣਾ ਫੁੱਲਿਆ ਹੋਊਗਾ, ਮਤਲਬ ਤੁਹਾਨੂੰ ਮੁੰਜਰ ਦੇ ਵਿੱਚ ਝੋਨੇ ਦੇ ਦਾਣੇ ਨਾਲੋਂ ਵੱਖਰੇ ਤਰੀਕੇ ਦੀ ਇੱਕ ਗਟੋਲੀ ਦਿਸੂਗੀ। ਇਹ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਇਹਦੀ ਪਰਖ ਕਰ ਸਕਦੇ ਹਾਂ। ਇਹ ਤੁਹਾਨੂੰ ਤੁਰਿਆ ਜਾਂਦਿਆਂ ਨੂੰ ਖੇਤ ਜਦੋਂ ਆਪਾਂ ਗੇੜਾ ਲਾਉਂਦੇ ਹਾਂ ਆਮ ਤੌਰ 'ਤੇ ਵੱਟਾਂ ਦੇ ਨੇੜੇ, ਇਹ ਖਾਲਿਆਂ ਦੇ ਨੱਕਿਆਂ ਦੇ ਮੂਹਰੇ ਕਿਤੇ ਨਾ ਕਿਤੇ ਤੁਹਾਨੂੰ ਇਹ ਦਿਖਾਈ ਹੈ ਜਿਹੜੀ ਦੇਣ ਲੱਗੀ। ਤਰੇਲ ਦੇ ਵਿੱਚ ਤੁਰੇ ਜਾਵਾਂਗੇ ਆਪਣੇ ਕੱਪੜਿਆਂ ਨੂੰ ਹਲਦੀ ਵਾਂਗੂ ਲੱਗਣ ਲੱਗ ਜਾਂਦਾ, ਇਹਦੀ ਪਛਾਣ ਕਰ ਸਕਦੇ ਹੋ। ਜਿਹੜੇ ਦਾਣੇ ਦਾਗੀ ਹੋ ਗਏ, ਖਰਾਬ ਹੋ ਗਏ, ਇਹ ਤਾਂ ਆਪਣੇ ਜੀ ਖਤਮ ਹੋ ਚੁੱਕੇ ਹੁੰਦੇ ਨੇ, ਇਹਨੂੰ ਆਪਾਂ ਫੈਲਣ ਤੋਂ ਰੋਕ ਸਕਦੇ ਹਾਂ। ਉਹਦੇ ਵਾਸਤੇ ਆਪਾਂ ਜਿਹੜੀ ਸਪਰੇਅ ਆ ਉਹਦੀ ਵਰਤੋਂ ਕਰਕੇ COC ਕਾਪਰ ਆਕਸੀਕਲੋਰਾਈਡ ਬਲੂ ਕਾਪਰ ਵੀ ਜਿਹਨੂੰ ਕਹਿੰਦੇ ਆ, ਅੱਧਾ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ। ਠੀਕ ਹੈ ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਜੀ ਤੁਹਾਡਾ। ਠੀਕ ਹੈ ਜੀ, ਬਾਕੀ ਆਪਾਂ ਕਿਸਾਨ ਵੀਰ ਤੋਂ ਵੀ ਲੈਂਦੇ ਜਾਣਕਾਰੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਬਾਈ ਜੀ, ਕਿਹੜੀ ਕਿਹੜੀ ਵੈਰਾਈਟੀ ਲੱਗੀ ਜੀ ਆਪਣੇ ਝੋਨੇ? ਸਾਡੇ ਕੋਲ 131 ਲੱਗਿਆ। ਠੀਕ ਹੈ ਜੀ। PR 126 ਲੱਗਿਆ। ਠੀਕ ਹੈ ਜੀ। ਦੋ ਵੈਰਾਈਟੀਆਂ? ਦੋ ਵੈਰਾਈਟੀਆਂ, ਜਿਹੜੇ 31 ਹੈ ਉਹਨੂੰ ਬਹੁਤ ਹੀ ਘੱਟ ਹੈ। ਠੀਕ ਹੈ ਜੀ। ਤੇ ਜਿਹੜਾ 26 ਹੈ ਉਹਦੇ ਵਿੱਚ ਜ਼ਿਆਦਾ ਹੈ। ਠੀਕ ਹੈ ਜੀ। ਕਿਸਾਨ ਵੀਰੋ, ਜਿਹੜੇ ਕਿਸਾਨ ਭਰਾ ਇਹਨਾਂ ਨੇ ਦੋ ਵੈਰਾਈਟੀਆਂ ਲਾਈਆਂ, ਫਿਰੋਜ਼ਪੁਰ ਏਰੀਆ ਦੇ ਵਿੱਚ ਅਸੀਂ ਖੜੇ ਹਾਂ, PR 131 ਅਤੇ 126 PR। PR 126 ਦੇ ਵਿੱਚ ਕਹਿੰਦੇ ਵੀ ਜ਼ਿਆਦਾ ਬਿਮਾਰੀ ਦੇਖਣ ਨੂੰ ਮਿਲਦੀ ਹੈ, ਜਿਨ੍ਹਾਂ ਦੇ PR 126 ਵੈਰਾਇਟੀ ਲੱਗੀ ਹੈ ਉਹ ਜ਼ਰੂਰ ਆਪਣੇ ਖੇਤ ਦੇ ਵਿੱਚ ਨਿਗਾਹ ਮਾਰਦੇ ਰਹਿਣ, ਕਿਉਂਕਿ ਇਹ ਜਿਹੜੀ ਬਿਮਾਰੀ ਹੈ ਡਾਕਟਰ ਸਾਹਿਬ ਘੰਟਿਆਂ ਦੇ ਹਿਸਾਬ ਨਾਲ ਵੱਧਦੀ ਮਿਲਣਾ ਤਾਂ। ਹਾਂਜੀ, ਇਹ ਫਾਲਸ ਸਮਟ ਇੱਦਾਂ ਹੁੰਦਾ ਜੀ, ਇਹ ਫੈਲਦਾ ਜੀ, ਇਹਦੇ ਜਿਹੜੇ ਉੱਤੋਂ ਹਲਦੀ ਵਰਗਾ ਪਾਊਡਰ ਹੈ, ਇਹ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਊਗਾ ਤਾਂ ਇਹ ਉੱਥੇ ਫੈਲਣ ਲੱਗ ਜਾਂਦਾ, ਅਤੇ ਉਹ ਫੈਲਣ ਦੇ ਨਾਲ ਅੱਗੇ ਦੀ ਅੱਗੇ ਆਪਾਂ ਨੂੰ ਇਨਫੈਕਟਡ ਦੇਖਣ ਲੱਗਦੇ ਹਾਂ। ਜਿੰਨੀ ਜਲਦੀ ਕੰਟਰੋਲ ਆਪਾਂ ਇਹਦਾ ਕਰ ਲਈਏ ਓਨਾ ਹੀ ਬਿਹਤਰ ਹੈ ਜੀ। ਠੀਕ ਹੈ ਜੀ। ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ ਕਿਸਾਨ ਵੀਰੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।